ਅੱਜ ਅਸੀਂ ਜੋੜਾ ਛਤਰਾ ਦੇ ਜੋੜਾ ਛਤਰਾ ਪਿੰਡ ਦੇ ਵਿੱਚ ਆਏ ਹਾਂ। ਇੱਥੇ ਫਰੈਂਡ ਹੋਰਸ ਕਲੱਬ ਜਿਹੜਾ ਹੈ ਉਹ ਇੱਕ ਹੋਰਸ ਰਾਈਡਿੰਗ ਦਾ ਈਵੈਂਟ ਔਰਗਨਾਈਜ਼ ਕੀਤਾ ਇਹਨਾਂ ਨੇ, ਜਿਸ ਦੇ ਵਿੱਚ ਕਾਫੀ ਭਾਰੀ ਤਾਦਾਦ ਦੇ ਵਿੱਚ ਯੂਥ ਜਿਹੜਾ ਉਹਨੇ ਪਾਰਟੀਸਪੇਟ ਕੀਤਾ ਹੈ। ਅਤੇ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਬਰੀਡ ਦੇ ਜਿਹੜੇ ਹੋਰਸਿਸ ਹੈ ਉਹ ਇੱਥੇ ਆਏ ਨੇ, ਅਸੀਂ ਵੀ ਇਹਦੇ ਵਿੱਚ ਪਾਰਟੀਸਪੇਟ ਕਰਾਂਗੇ। ਬੇਸਿਕਲੀ ਜਿਹੜੇ ਸਰਪੰਚ ਸਾਹਿਬ ਹੈਗੇ ਅਤੇ ਇਹ ਜਿਹੜੀ ਕਲੱਬ ਦੇ ਮੈਂਬਰਸ ਹੈ ਇਹਨਾਂ ਦਾ ਬੜਾ ਚੰਗਾ ਉਪਰਾਲਾ ਹੈ ਇਹ ਯੂਥ ਨੂੰ, ਕਿ ਜੋੜਾ ਛਤਰਾ ਅਸੀਂ ਜਾਣਦੇ ਹਾਂ ਕਿ ਜੋੜਾ ਛਤਰਾ ਦੇ ਵਿੱਚ ਪਹਿਲਾਂ ਨਸ਼ੇ ਦੀ ਵੀ ਪ੍ਰੋਬਲਮ ਕਾਫੀ ਸੀ। ਹੁਣ ਅਸੀਂ ਰੈਗੂਲਰਲੀ ਕੋਈ ਨਾ ਕੋਈ ਐਫਰਟ ਕਰ ਰਹੇ ਹਾਂ ਕਿ ਯੂਥ ਨੂੰ ਨਸ਼ੇ ਤੋਂ ਹਟਾ ਕੇ ਬਾਕੀ ਜਿਹੜੇ ਸਪੋਰਟ ਈਵੈਂਟ ਹੈ ਉਹਦੇ ਵਿੱਚ ਲਾਈਏ। ਸੋ ਇਹ ਇੱਕ ਬੜਾ ਹੀ ਨਵਾਂ ਅਤੇ ਚੰਗਾ ਉਪਰਾਲਾ ਹੈ। ਅਸੀਂ ਦੇਖਦੇ ਹਾਂ ਕਿ ਸਾਰੇ ਇਹ ਆਪਣਾ ਪਹਿਲਾਂ ਦਾ ਜਿਹੜਾ ਇੱਕ ਟ੍ਰੈਂਡ ਰਿਹਾ ਹੈ ਕਿ ਹਮੇਸ਼ਾ ਰਾਈਡਿੰਗ ਕਰਦੇ ਹਨ, ਰੂਰਲ ਏਰੀਆ ਦੇ ਵਿੱਚ ਜ਼ਿਆਦਾ ਰਾਈਡਿੰਗ ਕਰਦੇ ਹਨ। ਤਾਂ ਇਹ ਸਾਰੇ ਸਪੋਰਟਸ ਦੇ ਵਿੱਚ ਯੂਥ ਨੂੰ ਆਉਣਾ ਚਾਹੀਦਾ, ਇਸ ਕਰਕੇ ਅਸੀਂ ਇੱਥੇ ਪਾਰਟੀਸਪੇਟ ਕਰ ਰਹੇ ਹਾਂ। ਇਹ ਬਹੁਤ ਹੀ ਚੰਗੀ ਪਹਿਲ ਹੈ ਅਤੇ ਬੜੀ ਇਨੋਵੇਟਿਵ ਹੈ, ਕਿਉਂਕਿ ਯੂਥ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਜਾ ਕੇ ਇਹੀ ਸੰਦੇਸ਼ ਦਊਗਾ, ਜਿਸ ਤਰ੍ਹਾਂ ਆਪਣੇ ਹੋਰਸਿਸ, ਆਪਣਾ ਪਰਿਆਵਰਣ, ਆਪਣੇ ਜਿਹੜੇ ਅਲੱਗ ਅਲੱਗ ਵੱਖਰੇ ਕਲਚਰਲ ਈਵੈਂਟਸ ਹੁੰਦੇ ਸੀ ਉਹ ਸਾਰੇ ਸਾਰੇ ਸਾਨੂੰ ਇੱਕ ਤੰਦਰੁਸਤੀ ਦੀ ਵੱਲ ਲਿਜਾਂਦੇ ਸੀ। ਹੁਣ ਜਿਹੜਾ ਇਹ ਨਸ਼ਾ ਅਤੇ ਸਰੰਜੀਆ ਬਾਕੀ ਸਾਰੀ ਚੀਜ਼ਾਂ ਹੈ ਉਹ ਸਾਨੂੰ ਇੱਕ ਜਿਹੜਾ ਹੈ ਗਲਤ ਰਾਹ ਦਿਖਾਉਂਦੇ ਹਾਂ। ਤਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕਰ ਹਰ ਕਿਤੇ ਘੋੜਿਆਂ ਨੂੰ ਵੀ ਲਿਜਾ ਕਰ ਅਤੇ ਅਸੀਂ ਆਪ ਵੀ ਜਾਵਾਂਗੇ ਅਤੇ ਉੱਥੇ ਇੱਕ ਪੋਜ਼ਿਟਿਵ ਮੈਸੇਜ ਦੇਵਾਂਗੇ ਕਿ ਜਿਹੜੇ ਕਲਚਰਲ ਐਕਟੀਵਿਟੀਜ਼ ਹੈ ਜਾਂ ਆਪਣੇ ਸਪੋਰਟਸ ਐਕਟੀਵਿਟੀਜ਼ ਹੈ ਉਹਦੇ ਵਿੱਚ ਪਾਰਟੀਸਪੇਟ ਕਰੀਏ, ਨਾ ਕਿ ਨਸ਼ੇ ਦੇ ਵਿੱਚ। ਘੁੜਸਵਾਰੀ ਜਿਹੜੀ ਹੈ ਉਹ ਸਾਡਾ ਇੱਕ ਬੜਾ ਇੰਟੀਗਰਲ ਪਾਰਟ ਹੈ ਪੰਜਾਬ ਦਾ ਵੀ ਅਤੇ ਸਾਡੇ ਪੁਲਿਸ ਦਾ ਵੀ। ਮਾਊਂਟਡ ਪਲਟੂਨ ਸਾਡੀ ਹੁੰਦੀ ਹੈ ਜੋ ਕਿ ਘੁੜਸਵਾਰੀ ਹੀ ਕਰਦੀ ਹੈ ਅਤੇ ਉਹ ਬੜੀ ਚੰਗੀ ਨਿਗਰਾਨੀ ਰੱਖਦੀ ਹੈ ਆਪਣੇ ਏਰੀਆ ਦੇ ਵਿੱਚ, ਪੈਟਰੋਲਿੰਗ ਕਰਦੀ ਹੈ। ਅਤੇ ਸਾਨੂੰ ਟ੍ਰੇਨਿੰਗ ਦੇ ਵਿੱਚ ਵੀ ਸਿਖਾਇਆ ਜਾਂਦਾ ਹੈ, ਅਸੀਂ ਬ੍ਰਿਜਸ ਪਾ ਕੇ ਅਤੇ ਰਾਈਡਿੰਗ ਕਰਦੇ ਹਨ, ਅਸੀਂ ਟੈਸਟ ਵੀ ਦਿੰਦੇ ਹਨ। ਸੋ ਕਾਫੀ ਟਾਈਮ ਸਾਨੂੰ ਵੀ ਇਹਦੇ ਨਾਲ ਹੋ ਗਿਆ ਹੈ। ਆਈ ਵਾਂਟ ਟੂ ਰਿਕੁਐਸਟ ਜਿਹੜੇ ਯੂਥ ਆ, ਸਾਨੂੰ ਇਹੀ ਰਿਕੁਐਸਟ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਕਿ ਰਾਈਡਿੰਗ ਕਰਨ, ਅਤੇ ਬੜਾ ਹੀ ਇੰਟਰਸਟਿੰਗ ਸਪੋਰਟ ਹੈ ਅਤੇ ਤੁਹਾਨੂੰ ਹੋਰ ਤੰਦਰੁਸਤੀ ਵੀ ਲੈ ਕੇ ਦਿੰਦਾ ਹੈ ਅਤੇ ਤੁਸੀਂ ਇੱਕ ਸ਼ਡਿਊਲ ਦੇ ਵਿੱਚ ਆਉਂਦੇ ਹੋ, ਤੁਹਾਡਾ ਇੱਕ ਡਿਸਿਪਲਿਨ ਆਉਂਦਾ ਅਤੇ ਘੋੜਿਆਂ ਨਾਲ ਅਤੇ ਜਾਨਵਰਾਂ ਨਾਲ ਪਿਆਰ ਉੱਦਾਂ ਵੀ ਇਨਸਾਨ ਨੂੰ ਮੋਟੀਵੇਟ ਕਰਦਾ ਹੈ ਅਤੇ ਪੋਜ਼ਿਟਿਵਿਟੀ ਲੈ ਕੇ ਆਉਂਦਾ ਅੰਦਰ। ਪਹਿਲਾਂ ਤਾਂ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਸਰ ਅਸੀਂ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਕਰ ਰਹੇ ਹਾਂ ਜੀ, ਜੋ ਅੱਜ ਕੱਲ੍ਹ ਨਸ਼ੇ ਦਿਨ ਬੋ ਦਿਨ ਵੱਧ ਰਹੇ ਆ। ਇਹ ਸਾਡੇ ਆਪਣੇ ਧਾਰੀ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੇ SSP ਦਿਆਮਾ ਹਰੀਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਰਾਈਡ ਕੱਢ ਰਹੇ ਹਾਂ ਜੀ ਆਪਾਂ, ਹੋਰਸ ਰਾਈਡ। ਇਹ 10 ਕੁ ਕਿਲੋਮੀਟਰ ਦੀ ਰਾਈਡ ਹੈ ਜੀ, ਜੋ ਕਿ ਸਾਰੇ ਨੇੜਲੇ ਪਿੰਡਾਂ ਦੇ ਵਿੱਚੋਂ ਜੋੜਾ ਛਤਰਾ ਤੋਂ ਸ਼ੁਰੂ ਹੋ ਕੇ ਨੇੜਲੇ ਪਿੰਡਾਂ ਤੋਂ ਹੁੰਦੀ ਹੋਈ ਫਿਰ ਇੱਥੇ ਆ ਕੇ ਸਮਾਪਤ ਕਰਾਂਗੇ ਜੀ। ਬਾਕੀ ਮੇਨ ਸਾਡਾ ਉਦੇਸ਼ ਆ ਜੀ ਇੱਕ ਵਾਤਾਵਰਨ, ਕਿਉਂਕਿ ਅੱਜ ਕੱਲ੍ਹ ਹਰ ਕੋਈ ਬੰਦਾ ਗੱਡੀਆਂ ਦੇ ਦੁਆਲੇ ਹੋ ਗਿਆ, ਮੋਟਰਸਾਈਕਲਾਂ ਦੇ ਦੁਆਲੇ ਹੋ ਗਿਆ ਜੀ, ਇਸ ਚੀਜ਼ਾਂ ਪੁਰਾਤਨ ਨੂੰ ਭੁੱਲੀ ਜਾਂਦੇ ਨੇ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਵੀ ਜਿਹੜੇ ਆਪਣੇ ਘੋੜਿਆਂ ਨੂੰ ਪ੍ਰਮੋਟ ਕਰੋ, ਜੇ ਕੋਈ ਨਹੀਂ ਅਫੋਰਡ ਕਰ ਸਕਦਾ ਇਹਦਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ, ਇਹ ਨੋਰਮਲ ਰੇਂਜ ਹੈ, ਘਰ ਦੇ ਵਿੱਚ ਇੱਕ ਘੋੜਾ ਜਾਂ ਘੋੜੀ ਤਾਂ ਜ਼ਰੂਰ ਰੱਖਣਾ ਚਾਹੀਦਾ ਜੀ। ਬਾਕੀ ਇਹ ਸਭ ਤੋਂ ਬੈਸਟ ਐਕਸਰਸਾਈਜ਼ ਹੈ, ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੇ ਵਾਲ ਤੱਕ ਜਿਹੜਾ ਬੰਦਾ ਹੋਰਸ ਰਾਈਡ ਕਰਦਾ ਉਹਦੀ ਸਾਰੀ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ। ਅੱਜ ਕੱਲ੍ਹ ਅਸੀਂ ਲੋਕ ਜਿੰਮਾਂ ਦੇ ਦੁਆਲੇ ਹੋ ਗਏ ਹਾਂ, ਫਿਰ ਬਾਅਦ ਵਿੱਚ ਜਿੰਮਾਂ 'ਚ ਬੱਚਿਆਂ ਨੂੰ ਭੇਜਦੇ, ਫਿਰ ਉੱਥੇ ਲੜਾਈਆਂ ਹੁੰਦੀਆਂ, ਗਲਤ ਸੁਸਾਇਟੀਆਂ 'ਚ ਵੀ ਪੈਂਦੇ ਆ। ਅਸੀਂ ਜਿੰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਇਹ ਇੱਕ ਪੁਰਾਤਨ ਚੀਜ਼ ਆ ਜੋ ਸਾਡੇ ਗੁਰੂ ਮਹਾਰਾਜ ਨੇ ਵੀ ਦਿੱਤੀ ਆ, ਇਹਦੇ ਨਾਲ ਅਸੀਂ ਵੱਡੀਆਂ ਵੱਡੀਆਂ ਜੰਗਾਂ ਫਤਿਹ ਕੀਤੀਆਂ। ਅਤੇ ਬਸ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਠੀਕ ਆ ਜੀ ਆਪਾਂ ਇਹਨੂੰ ਪ੍ਰਮੋਟ ਕਰੀਏ। ਅਤੇ ਆ ਪਿੱਛੇ ਜੀ ਆ ਕਰੋਨਾ ਕਾਲ ਦੇ ਵਿੱਚ ਸਭ ਕੁਝ ਬੰਦ ਸੀ, ਸਾਡੇ ਫਾਰਮ ਜਿਹੜੇ ਖੁੱਲ੍ਹੇ ਆਈਆਂ ਆਪਣੇ ਫਾਰਮਾਂ ਦੇ ਵਿੱਚ ਹੋਰਸ ਰਾਈਡਿੰਗ ਕਰਦੇ ਰਹੇ ਹਾਂ ਜੀ। ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਕਿ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ। ਬਾਕੀ SSP ਦਿਆਮਾ ਹਰੀਸ਼ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਨਾਮ ਵਰਿੰਦਰਜੀਤ ਸਿੰਘ ਗੇਂਦੀ ਜੋੜਾ ਵਾ। ਹਾਂ ਵੀਰ ਜੀ, ਅੱਜ ਹੋਰਸ ਰਾਈਡਿੰਗ ਰੱਖੀ ਹੈ ਕੋਈ 12 ਕਿਲੋਮੀਟਰ ਦੀ। ਇਹਦਾ ਮੇਨ ਉਦੇਸ਼ ਹੈ ਜੀ, ਇੱਕ ਬੱਚੇ ਜਿਹੜੇ ਨਸ਼ਿਆਂ ਤੋਂ ਬਚਣਗੇ, ਇਹ ਆਪਣਾ ਸ਼ੌਂਕ ਵਾ, ਸ਼ੌਂਕ ਵੀ ਇਹ ਨਾਲ ਧੰਦਾ ਵੀ ਵਧੀਆ, ਕਮਾਈ ਵੀ ਵਧੀਆ, ਇਹ 'ਚ ਸਾਰੇ ਕੰਮ ਬਹੁਤ ਵਧੀਆ ਵਾ ਨਾਲ। ਮੈਨੂੰ ਵੀਰ ਜੀ ਘੱਟੋ ਘੱਟ ਵੀ ਤਾਂ 12-14 ਸਾਲ ਹੋ ਗਏ ਆ ਜੁੜਿਆਂ ਨੂੰ। ਮੇਰੇ ਫਰੈਂਡ ਸਰਕਲ ਆ, ਅਸੀਂ ਫਰੈਂਡ ਬਣਾਇਆ ਫਰੈਂਡ ਕਲੱਬ,
ਹੌਰਸ ਕਲੱਬ ਬਣਾਇਆ ਵਾ, ਉਹਦੇ ਵਿੱਚ ਸਾਡੇ ਕੋਲ 20 ਜਾਨਵਰ ਇਸ ਟਾਈਮ ਹੈਗੇ।